ਸਤਿ ਸ਼੍ਰੀ ਅਕਾਲ ਜੀ ਦੋਸਤੋ, ਤੁਸੀਂ ਦੇਖ ਰਹੇ ਹੋ ਅਜੀਤ ਵੈੱਬ ਟੀ ਵੀ ਅਤੇ ਮੈਂ ਹਾਂ ਸਵਰਨ ਸਿੰਘ ਟਹਿਣਾ। ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਚੁੱਕੀ ਹੈ। ਕੈਬਨਿਟ ਦੇ ਵੱਲੋਂ ਫੈਸਲੇ ਲੈਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ। ਕਾਂਗਰਸ ਨੂੰ ਪੰਜਾਬ ਦੇ ਵਿੱਚ 77 ਸੀਟਾਂ ਦੇ ਉੱਤੇ ਭਰਵੀਂ ਜਿੱਤ ਹਾਸਲ ਹੋਈ ਹੈ। ਇਹਦੇ ਬਾਬਤ ਆਪਾਂ ਸਾਰੇ ਜੋ ਦੇਸ਼ ਦੁਨੀਆਂ ਦੇ ਵਿੱਚ ਪੰਜਾਬੀ ਬੈਠੇ ਹਾਂ ਭਲੀ ਭਾਂਤ ਵਾਕਫ ਹਾਂ। ਜਲੰਧਰ ਸੈਂਟਰਲ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਚੁਣੇ ਗਏ ਨੇ ਰਜਿੰਦਰ ਬੇਰੀ ਜੀ, ਅਤੇ ਬੇਰੀ ਜੀ ਨੇ ਇਸ ਤੋਂ ਪਹਿਲਾਂ ਵੀ ਇੱਕ ਚੋਣ ਲੜੀ ਸੀ ਪਰ ਉਦੋਂ ਸਫਲ ਨਹੀਂ ਸੀ ਹੋ ਸਕੇ। ਇਸ ਵਾਰ ਇਹਨਾਂ ਦੇ ਵੱਲੋਂ ਭਰਵੀਂ ਸਫਲਤਾ ਦਰਜ ਕਰਵਾਈ ਗਈ ਹੈ ਕਿਉਂਕਿ ਹੁਣ ਇਹ ਜਲੰਧਰ ਸੈਂਟਰਲ ਦੇ ਨੁਮਾਇੰਦੇ ਨੇ, ਵਿਧਾਇਕ ਨੇ। ਇਹ ਆਪਣੇ ਹਲਕੇ ਦੇ ਵਿਕਾਸ ਦੇ ਲਈ ਕੀ ਕੰਮ ਕਰਨਗੇ, ਇਹਨਾਂ ਦੀ ਸਰਕਾਰ ਆ ਜਿਹੜੀ ਉਹ ਕੀ ਕੁਝ ਪੰਜਾਬ ਦਾ ਕਰਨਾ ਲੋਚਦੀ ਹੈ, ਇਹਦੇ ਬਾਬਤ ਅਸੀਂ ਗੱਲਬਾਤ ਕਰਾਂਗੇ ਬੇਰੀ ਜੀ ਦੇ ਨਾਲ। ਬੇਰੀ ਸਾਹਿਬ, ਸਵਾਗਤ ਹੈ ਤੁਹਾਡਾ। ਨਮਸਕਾਰ ਜੀ। ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਭਾਰੀ ਬਹੁਮਤ ਦੇ ਨਾਲ ਆਈ ਹੈ ਜੀ, ਔਰ ਮੈਂ ਹਲਕਾ ਸੈਂਟਰਲ ਜਲੰਧਰ ਤੋਂ ਚੁਣਿਆ ਗਿਆ ਜੀ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਸਹੁੰ ਚੱਕਦੇ ਹੀ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤੀ ਵਾਲੀ ਗੱਲ ਕੀਤੀ ਹੈ, ਔਰ ਅਸੀਂ ਸਾਰੇ ਹੀ ਵਿਧਾਇਕ ਉਹਨਾਂ ਦੇ ਨਾਲ ਖੜ੍ਹੇ ਹਾਂ। ਸਭ ਤੋਂ ਪਹਿਲਾਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਗੱਲ ਹੈ, ਔਰ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਵਾਲੀ ਗੱਲ ਹੈ, ਔਰ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਦੇ ਉੱਪਰ ਪੰਜਾਬ ਦੇ ਵਿੱਚ 2-3 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਕੋਸ਼ਿਸ਼ ਕਰਨੀ ਹੈ ਜੀ। ਬੜੀ ਖੂਬਸੂਰਤ ਤੁਸੀਂ ਗੱਲ ਕੀਤੀ ਹੈ। ਮੈਂ ਤੁਹਾਨੂੰ ਸਵਾਲ ਕਰਨਾ ਹੀ ਸੀ ਕਿ ਪੰਜਾਬ ਦੀ ਜਵਾਨੀ ਅਤੇ ਪੰਜਾਬ ਦੀ ਕਿਸਾਨੀ ਦੇ ਬਾਰੇ ਕੈਪਟਨ ਸਰਕਾਰ ਦੀਆਂ ਕੀ ਤਰਜੀਹਾਂ ਹੋਣਗੀਆਂ। ਤੁਸੀਂ ਪਹਿਲੀ ਗੱਲ ਕੀਤੀ ਕਿ ਤੁਹਾਡੀ ਪਾਰਟੀ ਦੀ ਸਰਕਾਰ ਦੇ ਵੱਲੋਂ ਨਸ਼ੇ ਦੇ ਮੁਕੰਮਲ ਖਾਤਮੇ ਦੀ ਕੋਸ਼ਿਸ਼ ਕੀਤੀ ਜਾਏਗੀ। ਇਹ ਵੀ ਪਤਾ ਲੱਗਾ ਵੀ ਇੱਕ ਆ ਜਿਹੜੀ ਉਹ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਜਿਹਦੇ ਵੱਲੋਂ ਇਸ ਮਾਮਲੇ ਦੇ ਉੱਤੇ ਨਜ਼ਰਸਾਨੀ ਕੀਤੀ ਜਾਊਗੀ। ਤੁਹਾਡੀ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਸਿਰਫ ਸਿੰਥੈਟਿਕ ਨਸ਼ਿਆਂ ਦੇ ਉੱਤੇ ਹੀ ਲਗਾਮ ਲਾਊਗੀ, ਨੱਥ ਪਾਊਗੀ, ਜਾਂ ਜਿਹੜੇ ਹੋਰ ਵੀ ਨਸ਼ੇ ਵਿਖਦੇ ਨੇ ਸਾਡੇ ਪੰਜਾਬ ਦੇ ਵਿੱਚ ਉਹਨਾਂ ਦੇ ਬਾਬਤ ਵੀ ਕੋਈ ਧਿਆਨ ਕਰੂਗੀ? ਜਿੰਨਾ ਵੀ ਨਸ਼ਾ ਗੈਰ ਕਾਨੂੰਨੀ ਹੈ ਉਹਨਾਂ ਸਾਰਿਆਂ ਦੇ ਉੱਪਰ ਹੀ ਲਗਾਮ ਪਾਉਣਗੇ ਕੈਪਟਨ ਅਮਰਿੰਦਰ ਸਿੰਘ ਵਾਲੀ, ਔਰ ਅਸੀਂ ਉਹਨਾਂ ਦਾ ਸਾਥ ਦੇਵਾਂਗੇ। ਔਰ ਜਿਹੜੀ ਤੁਸੀਂ ਕਿਸਾਨੀ ਦੀ ਗੱਲ ਕੀਤੀ ਹੈ ਉਹ ਵੀ ਕੈਪਟਨ ਸਾਹਿਬ ਨੇ ਆਪਣੀ ਕੈਬਨਿਟ ਦੇ ਨਾਲ ਤਕਰੀਬਨ ਗੱਲ ਕੀਤੀ ਹੈ ਕਿ ਸਭ ਤੋਂ ਪਹਿਲਾਂ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਜੋ ਅਸੀਂ ਆਪਣੇ ਏਜੰਡੇ ਦੇ ਵਿੱਚ ਲਿਆ ਹੈ। ਜਦੋਂ ਅਸੀਂ ਲੋਕਾਂ ਕੋਲੋਂ ਵੋਟਾਂ ਮੰਗਣ ਗਏ ਹਾਂ ਮੈਨੀਫੈਸਟੋ ਦੇ ਵਿੱਚ ਲਿਆ ਸੀ ਕਿ ਕਿਸਾਨਾਂ ਦਾ ਕਰਜ਼ਾ ਵੀ ਅਸੀਂ ਮਾਫ਼ ਕਰਾਂਗੇ। ਬੇਰੀ ਸਾਹਿਬ, ਮੇਰੇ ਦਿਮਾਗ ਦੇ ਵਿੱਚ ਨਾ ਹਮੇਸ਼ਾ ਇਹ ਸਵਾਲ ਆਉਂਦਾ ਰਹਿੰਦਾ ਕਿ ਐਤਕੀ ਚੋਣ ਵਾਅਦਿਆਂ ਦੀ ਬੋਲੀ ਬਹੁਤ ਵੱਡੀ ਲੱਗੀ ਆ। ਇੱਕ ਪਾਰਟੀ ਨੇ ਕਿਹਾ ਅਸੀਂ ਪੰਜਾਬ ਦੇ ਲਈ ਆਹ ਕਰ ਦਿਆਂਗੇ, ਦੂਜੀ ਪਾਰਟੀ ਨੇ ਕਿਹਾ ਅਸੀਂ ਇਸ ਤੋਂ ਵੀ ਉੱਪਰ ਕਰ ਦਿਆਂਗੇ, ਤੀਜੀ ਨੇ ਕਿਹਾ ਅਸੀਂ ਇਸ ਤੋਂ ਵੀ ਉੱਪਰ ਕਰ ਦੇਣਾ। ਪਰ ਪੰਜਾਬ ਦੇ ਸਿਰ ਇੱਕ ਪਾਸੇ ਸਰਕਾਰ ਇਹ ਗੱਲ ਕਹਿ ਰਹੀ ਹੈ, ਮਨਪ੍ਰੀਤ ਸਿੰਘ ਬਾਦਲ ਨੇ ਪਿਛਲੇ ਦਿਨੀ ਕਿਹਾ ਕਿ ਲਗਭਗ 2.25 ਲੱਖ ਕਰੋੜ ਰੁਪਈਏ ਦਾ ਕਰਜ਼ਾ ਪੰਜਾਬ ਦੇ ਸਿਰ। ਜਦੋਂ ਪੰਜਾਬ ਦੇ ਸਿਰ ਇੰਨਾ ਕਰਜ਼ਾ, ਫਿਰ ਕਿਸਾਨੀ ਦੇ ਕਰਜ਼ੇ ਕਿਵੇਂ ਮਾਫ਼ ਹੋਣਗੇ, ਫਿਰ 30 ਲੱਖ ਨੌਜਵਾਨਾਂ ਨੂੰ ਸਮਾਰਟਫੋਨ ਕਿਵੇਂ ਮਿਲਣਗੇ, ਫਿਰ ਪਰਿਵਾਰ ਦੇ ਹਰ ਇੱਕ ਜੀ ਨੂੰ ਕਿਵੇਂ ਨੌਕਰੀ ਮਿਲੂਗੀ? ਜੋ ਸਾਡੇ ਜਿਹੜੇ ਮੈਨੀਫੈਸਟੋ ਕਮੇਟੀ ਦੇ ਪ੍ਰੈਜੀਡੈਂਟ ਸੀਗੇ ਸਰਦਾਰ ਮਨਪ੍ਰੀਤ ਸਿੰਘ ਜੀ, ਜਦੋਂ ਉਹਨਾਂ ਨੇ ਮੈਨੀਫੈਸਟੋ ਬਣਾਇਆ ਬੜਾ ਸੂਝਬੂਝ ਬੈਠ ਕੇ ਬਣਾਇਆ, ਔਰ ਅੱਜ ਅਸੀਂ ਕਹਿ ਰਹੇ ਹਾਂ ਕਿ ਕਾਰੋਬਾਰ ਜਾਂ ਬੱਚਿਆਂ ਨੂੰ ਨੌਕਰੀਆਂ ਕਿੱਦਾਂ ਮਿਲਣਗੀਆਂ। ਅਤੇ ਜਦੋਂ ਪੰਜਾਬ ਦੇ ਵਿੱਚ ਕੋਈ ਵੱਡਾ ਪਲਾਂਟ ਵੱਡੀ ਫੈਕਟਰੀ ਨਹੀਂ ਲੱਗਣੀ ਤਾਂ ਬੱਚਿਆਂ ਨੇ ਬੇਰੁਜ਼ਗਾਰੀ ਹੋਣਾ ਸੀ। ਸਭ ਤੋਂ ਪਹਿਲਾਂ ਅਸੀਂ ਇੰਡਸਟਰੀ ਨੂੰ ਬੜਾਵਾ ਦੇਣਾ, ਪੰਜਾਬ ਦੇ ਵਿੱਚ ਇੰਡਸਟਰੀ ਲੈ ਕੇ ਆਉਣੀ ਹੈ। ਅਤੇ ਜੇ ਸਾਡੇ ਨਾਲ ਦੀਆਂ ਸਟੇਟਾਂ ਉਹਨਾਂ ਨੂੰ ਬਿਜਲੀਆਂ ਸਸਤੀ ਦੇਣਗੀਆਂ ਜਾਂ ਹੋਰ ਕਿਧਰੇ ਟੈਕਸ ਦੇ ਵਿੱਚ ਰਿਬੇਟ ਦੇਣਗੇ ਤਾਂ ਨੈਚੁਰਲੀ ਇੰਡਸਟਰੀ ਜਿਹੜੀ ਨਾਲ ਦੀਆਂ ਸਟੇਟਾਂ 'ਚ ਜਾਏਗੀ, ਔਰ ਅਸੀਂ ਨਾਲ ਦੀਆਂ ਸਟੇਟਾਂ ਤੋਂ ਵੀ ਘੱਟ ਕੀਮਤ 'ਤੇ ਇੰਡਸਟਰੀ ਨੂੰ ਬਿਜਲੀ ਦੇਵਾਂਗੇ, ਟੈਕਸਟਾਂ ਵਿੱਚ ਰਿਬੇਟ ਦੇਵਾਂਗੇ। ਅਤੇ ਜਦੋਂ ਸਾਡੇ ਪੰਜਾਬ ਦੇ ਵਿੱਚ ਇੰਡਸਟਰੀ ਜਿਹੜੀ ਪਹਿਲਾਂ ਚੱਲ ਰਹੀ ਹੈ ਉਹ ਖੂਬਸੂਰਤੀ ਦੇ ਨਾਲ ਚੱਲੇਗੀ ਜਾਂ ਹੋਰ ਵੱਡੇ ਪਲਾਂਟ ਲੱਗਣਗੇ ਤਾਂ ਸਾਡੇ ਨੌਜਵਾਨਾਂ ਨੂੰ ਕੰਮ ਕਾਰ ਜ਼ਰੂਰ ਮਿਲੂਗਾ। ਇੱਕ ਸਵਾਲ ਇਹ ਵੀ ਪੈਦਾ ਹੁੰਦਾ ਬੇਰੀ ਸਾਹਿਬ ਕਿ ਕਰਜ਼ੇ ਮੰਨ ਲਓ ਕਿਸੇ ਮੋੜ ਦੇ ਉੱਤੇ ਜਾ ਕੇ ਕਿਸਾਨੀ ਦੇ ਮਾਫ਼ ਹੋ ਵੀ ਜਾਂਦੇ ਆ, ਪਰ ਉਸ ਤੋਂ ਬਾਅਦ ਤਾਂ ਮੁੱਦਾ ਇਹ ਹੈ ਕਿ ਜਿਹੜਾ ਸਾਡਾ ਢਾਂਚਾ ਬਣਿਆ ਹੋਇਆ ਉਹ ਕਰਜ਼ੇ ਫਿਰ ਚੜ ਜਾਣਗੇ ਕਿਉਂਕਿ ਜ਼ਮੀਨਾਂ ਸੁੰਗੜ ਰਹੀਆਂ, ਲਾਗਤਾਂ ਵੱਧ ਰਹੀਆਂ, ਆਮਦਨ ਘੱਟ ਰਹੀ ਹੈ। ਕੀ ਸਵਾਮੀਨਾਥਨ ਰਿਪੋਰਟ ਆ ਜਿਹਦੀ ਪਿਛਲੇ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ, ਜਿਹੜੀ ਕਿ ਕੇਂਦਰ ਦੇ ਵੱਲੋਂ ਪਾਸ ਕੀਤੀ ਜਾਣੀ ਹੈ, ਉਹ ਲਾਗੂ ਕਰਵਾਉਣ ਦੇ ਲਈ ਤੁਹਾਡੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੁਝ ਕੀਤਾ ਜਾਏਗਾ? ਇਹ ਤਾਂ ਇੱਕ ਸਾਡੇ ਜਿਹੜੇ ਕੈਬਨਿਟ ਦੇ ਮੰਤਰੀ ਬਣਨਗੇ ਜਾਂ ਮੁੱਖ ਮੰਤਰੀ ਨੇ, ਇਹ ਉਹਨਾਂ ਦੇ ਹੀ ਹੈ ਕਿ ਆਪਣੇ ਵੱਲੋਂ ਪੂਰਾ ਜ਼ੋਰ ਲਾਉਣਗੇ। ਔਰ ਸਾਨੂੰ, ਮੈਨੂੰ ਇਹ ਉਮੀਦ ਹੈ ਕਿ ਅਸੀਂ ਕਿਸਾਨਾਂ ਨੂੰ ਇਹ ਨਹੀਂ ਵੀ ਕਣਕ ਬੀਜ ਲਈਏ ਜਾਂ ਚਾਵਲ ਬੀਜ ਲਈਏ, ਹੋਰ ਬੜੀਆਂ ਚੀਜ਼ਾਂ ਨੇ ਜਿਹਦੇ ਨਾਲ ਜਿਹੜੇ ਕਿਸਾਨ ਨੇ ਖੁਸ਼ਹਾਲ ਹੋਣਗੇ। ਕੋਈ ਇਹੋ ਜਿਹੀ ਜਗ੍ਹਾ 'ਤੇ ਕਿਹੜੀ ਸਬਜ਼ੀ ਬੀਜ ਸਕਦੇ ਹਾਂ ਜਾਂ ਕਿਹੜੀ ਅਸੀਂ ਫਸਲ ਨੂੰ ਕਾਮਯਾਬੀ ਦੇ ਤੌਰ 'ਤੇ ਲਿਆ ਸਕਦੇ ਹਾਂ, ਅਤੇ ਜੇ ਅਸੀਂ ਕਿਸਾਨਾਂ ਦੇ ਨਾਲ ਇੱਦਾਂ ਦੀ ਗੱਲਬਾਤ ਕਰਾਂਗੇ, ਵੱਡੀਆਂ ਕੰਪਨੀਆਂ ਨੂੰ ਲਿਆ ਕੇ ਕਿਸਾਨਾਂ ਦੇ ਨਾਲ ਮੀਟਿੰਗ ਕਰਾਵਾਂਗੇ ਵੀ ਤੁਸੀਂ ਇਹ ਸਾਨੂੰ ਚੀਜ਼ ਦਿਓ, ਅਸੀਂ ਤੁਹਾਨੂੰ ਇੰਨੀ ਪੇਮੈਂਟ ਦੇਵਾਂਗੇ ਜਾਂ ਇਸ ਕਾਰੋਬਾਰ ਦੇ ਵਿੱਚ ਅਸੀਂ ਲਵਾਂਗੇ ਅਤੇ ਮੈਨੂੰ
ਇਹ ਪੂਰਾ ਯਕੀਨ ਹੈ ਕਿ ਕਿਸਾਨ ਜਿਹੜੇ ਕਰਜ਼ੇ ਦੇ ਥੱਲੇ ਦੱਬ ਜਾਂਦੇ ਆ ਕਿਉਂਕਿ ਉਹ ਇੱਕੋ ਹੀ ਕਿਸਾਨੀ ਕਰੀ ਜਾਂਦੇ ਆ, ਉਹਦੇ ਨਾਲ ਅਸੀਂ ਸਫਲ ਨਹੀਂ ਹੁੰਦੇ। ਸਾਡਾ ਅੱਜ ਜੇ ਅਸੀਂ ਟਰੈਂਡ ਨਹੀਂ ਚੇਂਜ ਕਰਦੇ, ਇੱਕ ਦੁਕਾਨ ਖੋਲ੍ਹਦੇ ਹਾਂ ਅਤੇ ਜੇ ਉਹ ਦੁਕਾਨ ਨੂੰ ਅਸੀਂ ਮਹੀਨੇ ਬਾਅਦ 6 ਮਹੀਨੇ ਬਾਅਦ ਚੇਂਜ ਨਹੀਂ ਕਰਦੇ ਤਾਂ ਉਹ ਦੁਕਾਨ ਫੇਲ ਹੋ ਜਾਂਦੀ। ਇਸੇ ਤਰ੍ਹਾਂ ਕਿਸਾਨੀ ਹੈ, ਕਿਸਾਨੀ ਦੇ ਵਿੱਚ ਸਾਨੂੰ ਹਰ ਤਰ੍ਹਾਂ ਦੀ ਫਸਲ ਸਬਜ਼ੀਆਂ ਕਰਨੀਆਂ ਪੈਣਗੀਆਂ ਚੇਂਜ, ਵੱਡੀਆਂ ਵੱਡੀਆਂ ਕੰਪਨੀਆਂ ਦੇ ਨਾਲ ਗੱਲਬਾਤ ਕਰਕੇ ਤਾਂ ਹੀ ਸਾਡੇ ਕਿਸਾਨ ਕਾਮਯਾਬ ਹੋ। ਤੁਹਾਡੇ ਕਹਿਣ ਦਾ ਭਾਵ ਫਸਲੀ ਵਿਭਿੰਨਤਾ ਦੇ ਉੱਤੇ ਤੁਸੀਂ ਜ਼ੋਰ ਦਿਓਗੇ। ਕੈਬਨਿਟ ਦੀ ਜਿਹੜੀ ਪਹਿਲੀ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ, ਉਹਦੇ ਵਿੱਚ ਲਾਲ ਬੱਤੀ ਕਲਚਰ ਖਤਮ ਕਰਨ ਦੀ ਗੱਲ ਕੀਤੀ ਗਈ ਹੈ, ਗਨਮੈਨ ਆ ਜਿਹੜੇ ਉਹਦੇ ਵਿੱਚ ਕਟੌਤੀ ਕੀਤੀ ਜਾਣੀ ਹੈ, ਉਹਦੇ ਵਿੱਚ ਨਸ਼ਿਆਂ ਨੂੰ ਰੋਕਣ ਦੀ ਗੱਲ ਕਹੀ ਗਈ ਹੈ, ਉਹਦੇ ਵਿੱਚ ਕਿਸੇ ਵੀ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਹੋਏਗੀ। ਬਹੁਤ ਸਾਰੇ ਵਾਅਦੇ ਕੀਤੇ ਗਏ ਨੇ ਜਿਹੜੇ ਕਿ ਚੰਗੇ ਲੱਗੇ ਆ, ਜਿਹੜੇ ਵੀ ਪਾਠਕ ਨੇ ਪੜ੍ਹੇ, ਜਿਹੜੇ ਵੀ ਦਰਸ਼ਕ ਨੇ ਦੇਖੇ, ਜਿਹੜੇ ਵੀ ਵੋਟਰ ਨੇ ਉਹਦੇ ਬਾਰੇ ਜਾਣਿਆ, ਇਹ ਜਿਹੜੇ ਵਾਅਦੇ ਨੇ ਇਹ ਅਮਲੀ ਤੌਰ ਦੇ ਉੱਤੇ ਕਿੰਨੇ ਕੁ ਚਿਰ ਦੇ ਵਿੱਚ ਲਾਗੂ ਹੋ ਸਕਦੇ ਨੇ? ਜਿਹੜੀ MLA ਵਿਧਾਇਕਾਂ ਨੂੰ ਉਹਨਾਂ ਨੇ ਲਾਲ ਬੱਤੀ ਵਾਲੀ ਗੱਲ ਕੀਤੀ ਹੈ, ਬਹੁਤ ਵਧੀਆ ਗੱਲ ਹੈ, ਗਨਮੈਨ ਵਾਪਸ ਕਰਨ ਵਾਲੀ ਗੱਲ ਵੀ। ਅਤੇ ਅਸੀਂ ਵੀ ਆਮ ਪਬਲਿਕ ਦੇ ਵਿੱਚ ਤਾਂ ਹੀ ਜਾ ਸਕਦੇ ਹਾਂ ਜੇ ਅਸੀਂ ਲਾਲ ਬੱਤੀ ਤੋਂ ਬਗੈਰ ਹੋਵਾਂਗੇ, ਉਹ ਵੀ ਕਹਿਣਗੇ ਵੀ ਸਿੰਪਲ ਬੰਦਾ ਬਈ। ਜੇ ਗਨਮੈਨ ਸਾਡੇ ਆਲੇ ਦੁਆਲੇ ਘੁੰਮਦੇ ਰਹਿਣਗੇ, ਨਾ ਸਾਡੇ ਨਾਲ ਕਿਸੇ ਨੇ ਕੋਈ ਚੰਗੇ ਤਰੀਕੇ ਨਾਲ ਗੱਲ ਕਰਨੀ ਹੈ, ਨਾ ਸਾਡੇ ਨਾਲ ਕਿਸੇ ਨੇ ਰਾਬਤਾ ਕਾਇਮ ਕਰਨਾ। ਸੋ ਇਹ ਬੜੀ ਵਧੀਆ ਗੱਲ ਹੈ। ਔਰ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਕਹਿੰਦੇ ਸੀ ਵੀ ਅਸੀਂ ਆਮ ਹਾਂ, ਅੱਜ ਉਹਨਾਂ ਦੇ ਹੀ ਜਿਹੜੇ ਸਾਡੇ ਵਿਰੋਧੀ ਧਿਰ ਦੇ ਲੀਡਰ ਬਣੇ ਫੁਲਕਾ ਜੀ, ਉਹ ਕਹਿੰਦੇ ਮੈਂ ਗਨਮੈਨ ਵੀ ਲੈਣੇ ਅਤੇ ਲਾਈਟ ਵੀ ਲਾਉਣੀ ਹੈ। ਹੁਣ ਇਹ ਪਬਲਿਕ ਕਰੇਗੀ ਵੀ ਉਹ ਆਮ ਆਦਮੀ ਹੈ ਨੇ ਕਿ ਅਸੀਂ ਆਮ ਆਦਮੀ ਹਾਂ। ਅਸੀਂ ਉਸ ਗੱਲ ਦੇ ਬਿਲਕੁਲ ਹਾਈਕਮਾਂ ਦੇ ਨਾਲ ਹਾਂ ਕਿ ਨਾ ਲਾਲ ਬੱਤੀ ਲਾਵਾਂਗੇ ਔਰ ਨਾ ਹੀ ਅਸੀਂ ਗਨਮੈਨ ਲਵਾਂਗੇ। ਵੈਸੇ ਇਹ ਮੈਂ ਤੁਹਾਡੇ ਵਿਸ਼ੇ ਤੋਂ ਥੋੜ੍ਹੀ ਜਿਹੀ ਬਾਹਰ ਦੀ ਗੱਲ ਕਰਦਾ ਕਿ 10 ਸਾਲ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਸੀ, ਉਦੋਂ ਪੰਜਾਬ ਦੇ ਹਾਲਾਤ ਥੋੜ੍ਹੇ ਜਿਹੇ ਹੋਰ ਸੀ। 10 ਸਾਲਾਂ ਦੇ ਵਿੱਚ ਪੰਜਾਬ ਦੇ ਹਾਲਾਤ ਨੇ ਕਾਫੀ ਮੋੜ ਕੱਟਿਆ ਹਰ ਖੇਤਰ ਦੇ ਵਿੱਚ। ਜੋ 10 ਸਾਲਾਂ ਦੇ ਵਿੱਚ ਕਾਂਗਰਸ ਪਾਰਟੀ ਕਹਿੰਦੀ ਰਹੀ ਆ ਕਿ ਵਿਗਾੜ ਆਏ ਆ ਫਲਾਣੇ ਫਲਾਣੇ ਮਸਲਿਆਂ ਦੇ ਵਿੱਚ, ਉਹਨਾਂ ਵਿਗਾੜਾਂ ਨੂੰ ਦੂਰ ਕਰਨ ਦੇ ਲਈ ਕਦੋਂ ਕੁ ਤੋਂ ਜੰਗੀ ਪੱਧਰ ਦੇ ਉੱਤੇ ਕੰਮ ਸ਼ੁਰੂ ਕਰਨ ਦੇ ਆਸਾਰ ਹੈਗੇ? ਸਾਨੂੰ 2 ਕੁ ਮਹੀਨੇ ਲੱਗ ਜਾਣੇ ਆ ਪੰਜਾਬ ਨੂੰ ਸੰਭਾਲਣ ਵਾਸਤੇ। ਔਰ ਪਿਛਲੇ 10 ਸਾਲਾਂ 'ਚ ਜਿਹੜਾ ਸਾਡਾ ਪੰਜਾਬ ਹੈ, ਕਿਸੇ ਵੇਲੇ ਹਿੰਦੁਸਤਾਨ ਦੀ ਪਹਿਲੀ ਦੂਜੀ ਸਟੇਟ ਸੀਗੀ, ਔਰ 10 ਸਾਲਾਂ 'ਚ ਅਸੀਂ 18ਵੇਂ 19ਵੇਂ ਨੰਬਰ 'ਤੇ ਚਲੇ ਗਏ। ਔਰ ਉਸ ਸਟੇਟ ਨੂੰ ਫਿਰ ਪਹਿਲੇ ਦੂਜੇ ਨੰਬਰ ਲਿਆਉਣ 'ਤੇ ਥੋੜ੍ਹਾ ਵਕਤ ਜ਼ਰੂਰ ਲੱਗੇਗਾ, ਪਰ ਮੈਨੂੰ ਉਮੀਦ ਹੈ ਕੈਪਟਨ ਅਮਰਿੰਦਰ ਸਿੰਘ ਵਰਾਂ ਦੀਆਂ ਪੋਲਸੀਆਂ ਔਰ ਉਹਨਾਂ ਦਾ ਕੰਮਕਾਰ ਦਾ ਢੰਗ ਔਰ ਜੋ ਕਹਿੰਦੇ ਉਹ ਕਰਕੇ ਦਿਖਾਉਂਦੇ ਆ। ਅਸੀਂ ਉਹਨਾਂ ਦੇ 5 ਸਾਲ ਦਾ ਰਾਜ ਦੇਖਿਆ ਹੀ ਹੈ। ਉਸ ਵੇਲੇ ਚਾਹੇ ਉਹ ਪ੍ਰੋਪਰਟੀ ਦਾ ਕਾਰੋਬਾਰ ਸੀ, ਚਾਹੇ ਵਪਾਰਕ ਤੌਰ 'ਤੇ ਇੰਡਸਟਰੀ ਸੀ, ਬਹੁਤ ਅੱਗੇ ਨਿਕਲੀ ਸੀ। ਅਤੇ ਜੇ ਅਸੀਂ ਫਸਲ ਦੀ ਗੱਲ ਕਰ ਲਈਏ, ਕਿਸਾਨ ਸਵੇਰੇ ਮੰਡੀਆਂ ਦੇ ਵਿੱਚ ਫਸਲ ਲੈ ਕੇ ਆਉਂਦਾ ਸੀ, ਸ਼ਾਮ ਨੂੰ ਸਿਵਲ ਸਪਲਾਈ ਜਾਂ ਪਨਸਪ ਜਾਂ FCI ਸ਼ਾਮ ਨੂੰ ਉਹਨਾਂ ਦੀ ਕਣਕ ਜਾਂ ਜਿਹੜਾ ਵੀ ਉਹਨਾਂ ਦੀ ਕੋਈ ਫਸਲ ਸੀ ਚੱਕ ਕੇ ਲੈ ਕੇ ਜਾਂਦੇ ਸੀ। ਇਹ ਇੱਕ ਰਿਪੋਰਟ ਆਈ ਹੈ ਹੁਣੇ ਹੁਣੇ ਸਾਹਮਣੇ ਕਿ ਜਿਹੜੇ ਪੰਜਾਬ ਦੇ ਵਿੱਚ ਚੁਣੇ ਗਏ ਵਿਧਾਇਕ ਨੇ, ਉਹਨਾਂ ਦੇ ਵਿੱਚੋਂ 15-16% ਦੇ ਉੱਤੇ ਅਪਰਾਧਿਕ ਕੇਸ ਚੱਲ ਰਹੇ ਆ। ਉਹਦੇ ਵਿੱਚ ਕਾਂਗਰਸ ਦੇ ਵਿਧਾਇਕ ਵੀ ਆ, ਆਪ ਦੇ ਵੀ ਆ, ਅਕਾਲੀ ਦਲ ਦੇ ਵੀ ਆ। ਕੀ ਕਹਿਣਾ ਚਾਹੋਗੇ? ਜਿਹੜੇ ਕੋਈ ਅਪਰਾਧਿਕ ਮਾਮਲੇ ਜੇ ਕਿਸੇ 'ਤੇ ਚੱਲ ਰਹੇ ਆ, ਕਿਸੇ 'ਤੇ ਜਾਣ ਬੁੱਝ ਕੇ ਵੀ ਪੋਲੀਟੀਕਲ ਪ੍ਰੈਸ਼ਰਾਂ ਦੇ ਨਾਲ ਵੀ ਪਰਚੇ ਦਰਜ ਕੀਤੇ ਜਾਂਦੇ ਆ, ਸੋ ਇਹ ਵੈਰੀਫਾਈ ਕਰਨਾ ਪਊਗਾ ਕਿ ਉਹ ਜਾਣ ਬੁੱਝ ਕੇ ਅਪਰਾਧੀ ਹੈ ਅਤੇ ਕਿ ਉਹਨੂੰ ਧੱਕੇ ਨਾਲ ਅਪਰਾਧੀ ਬਣਾਇਆ ਗਿਆ। ਉਸ ਕਰਕੇ ਜੇ ਕੋਈ ਪਹਿਲਾਂ ਹੀ ਅਪਰਾਧੀ ਵਿਅਕਤੀ ਹੈ ਉਹ ਤਾਂ ਮੈਂ ਕਹਿੰਦਾ ਵਾਂ ਬਹੁਤ ਗੱਲ ਮਾੜੀ ਹੈ, ਅਤੇ ਜੇ ਕਿਸੇ ਦੇ ਪੋਲੀਟੀਕਲ ਪ੍ਰੈਸ਼ਰ ਨਾਲ ਜਾਂ ਜਾਣ ਬੁੱਝ ਕੇ ਉਹਨੂੰ ਅਪਰਾਧੀ ਦਾ ਜਾਂ ਕੋਈ ਉਹਦੇ ਖਿਲਾਫ਼ ਪਰਚਾ ਦਰਜ ਕੀਤਾ, ਉਹ ਜਿਹੜਾ ਇਨਸਾਨ ਹੈ ਉਹ ਮੈਂ ਕਹਿੰਦਾ ਬਿਲਕੁਲ ਠੀਕ ਹੈ। ਹੁਣ ਤੁਹਾਡੇ ਹਲਕੇ ਦੀ ਗੱਲ ਕਰਦੇ ਹਾਂ, ਤੁਹਾਡੇ ਹਲਕੇ ਦੇ ਵਿੱਚ ਵੀ ਤੁਹਾਨੂੰ ਜਦੋਂ ਚੋਣ ਪ੍ਰਚਾਰ ਦੇ ਮੌਕੇ ਬਹੁਤ ਸਾਰੇ ਤੁਸੀਂ ਵਾਅਦੇ ਕੀਤੇ ਹੋਣਗੇ ਕਿ ਅਸੀਂ ਨੁਹਾਰ ਬਦਲਾਂਗੇ ਆਪਣੇ ਹਲਕੇ ਦੀ, ਕਿਹੜੇ ਕਿਹੜੇ ਉਹ ਮਸਲੇ ਨੇ ਤੁਹਾਡੇ ਹਲਕੇ ਦੇ ਜਲੰਧਰ ਸੈਂਟਰਲ ਦੇ ਜਿਹੜੇ ਤੁਸੀਂ ਬਤੌਰ ਵਿਧਾਇਕ ਪਹਿਲ ਦੇ ਆਧਾਰ ਦੇ ਉੱਤੇ ਹੱਲ ਕਰਾਉਣੇ ਚਾਹੋਗੇ? ਬਤੌਰ ਹਲਕਾ ਵਿਧਾਇਕ ਸਭ ਤੋਂ ਪਹਿਲਾਂ ਮੈਂ ਪਹਿਲਾਂ ਵੀ ਕਿਹਾ ਕਿ ਨਸ਼ੇ ਨੂੰ ਅਸੀਂ ਕੰਟਰੋਲ ਕਰਨਾ। ਹਲਕੇ ਦੇ ਵਿੱਚ ਨਸ਼ੇ ਹਨ ਤੁਹਾਡੇ 'ਚ? ਸਾਡੇ ਹਲਕੇ ਦੇ ਵਿੱਚ ਕਾਜੀ ਮੰਡੀ ਹੈ, ਮੇਰਾ ਖਿਆਲ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਨਸ਼ਾ ਵਿਕਦਾ ਤਾਂ ਹਲਕਾ ਸੈਂਟਰਲ ਦੀ ਕਾਜੀ ਮੰਡੀ ਦੇ ਵਿੱਚ ਵਿਕਦਾ। ਸ਼ਰੇਆਮ ਸਵੇਰੇ ਚਲੇ ਜਾਓ, ਦੁਪਹਿਰੇ ਚਲੇ ਜਾਓ, ਸ਼ਾਮ ਨੂੰ ਚਲੇ ਜਾਓ, ਜਿੱਦਾਂ ਦਾ ਮਰਜ਼ੀ ਨਸ਼ਾ ਉੱਥੋਂ ਲੈ ਲਓ। ਔਰ ਉਹਦੇ ਪਿੱਛੇ ਪੋਲੀਟੀਕਲ ਲੀਡਰਾਂ ਦਾ ਜਿਹੜੇ ਉਹ ਨਸ਼ਾ ਵੇਚਣ ਵਾਲੇ ਆ, ਪੋਲੀਟੀਕਲ ਲੀਡਰਾਂ ਦੀ ਉਹਨਾਂ ਦੇ ਮਗਰ ਅਪਰੋਚ ਸੀ ਔਰ ਕੋਈ ਪੁਲਿਸ ਉਹਨਾਂ ਨੂੰ ਹੱਥ ਨਹੀਂ ਪਾਉਂਦੀ ਸੀ। ਔਰ ਅੱਜ ਹੀ ਮੈਂ ਇੱਕ ਸਪੀਕਰ ਰਾਹੀਂ ਉਸ ਹਲਕੇ ਦੇ ਵਿੱਚ ਉਹਨਾਂ ਨੂੰ ਇਹ ਕਹਿਤਾ ਕਿ ਭਾਈ ਨਸ਼ਾ ਵੇਚਣਾ ਬੰਦ ਕਰ ਦਿਓ, ਚਾਹੇ ਕੋਈ ਕਾਂਗਰਸੀ ਹੈ, ਚਾਹੇ ਕੋਈ ਅਕਾਲੀ ਹੈ, ਚਾਹੇ ਕੋਈ BJP ਵਾਲਾ ਹੈ, ਜਿਹੜਾ ਵੀ ਕੋਈ ਇਸ ਕੰਮ ਦੇ ਵਿੱਚ ਫੜਿਆ ਜਾਊਗਾ ਉਹਨੂੰ ਅਸੀਂ ਛੱਡਾਂਗੇ ਨਹੀਂ। ਔਰ ਸਭ ਤੋਂ ਪਹਿਲਾਂ ਕਾਜੀ ਮੰਡੀ ਦੇ ਉੱਪਰ ਅਸੀਂ ਕੰਟਰੋਲ ਕਰਾਂਗੇ ਜਿਹੜੀ ਸੈਂਟਰਲ ਹਲਕੇ ਦੇ ਵਿੱਚ ਪੈਂਦੀ ਹੈ। ਇਸ ਤੋਂ ਇਲਾਵਾ ਵੀ ਕੋਈ ਗਲੀਆਂ ਦੇ ਮਸਲੇ ਹੋਣਗੇ, ਕੋਈ ਨਾਲੀਆਂ ਦੇ ਮਸਲੇ ਹੋਣਗੇ, ਸੀਵਰੇਜ ਦੇ ਮਸਲੇ ਹੋਣਗੇ, ਸਟਰੀਟ ਲਾਈਟਾਂ ਦੇ ਮਸਲੇ ਹੋਣਗੇ, ਜਾਂ ਸ਼ਹਿਰੀ ਖੇਤਰ ਦੇ ਨਾਲ ਜੁੜਿਆ ਹੋਇਆ ਵਰਗ ਆ ਜਿਹੜਾ ਉਹਦੇ ਮਸਲੇ ਹੋਣਗੇ, ਕਿਉਂਕਿ ਤੁਸੀਂ ਸ਼ਹਿਰੀ ਖੇਤਰ ਦੀ ਨੁਮਾਇੰਦਗੀ ਕਰਦੇ ਹੋ, ਵਪਾਰੀਆਂ ਦੇ ਆਪਣੇ ਮਸਲੇ ਹੋਣਗੇ, ਉਹਨਾਂ ਸਾਰੇ ਮਸਲਿਆਂ ਦੇ ਹੱਲ ਦੇ ਲਈ ਕੀ ਵਿਉਂਤਬੰਦੀ ਕੀਤੀ ਹੈ?
सब तो पहला स्लम एरिए असी पकड़ना जी जिथे सीवरेज और वाटर सप्लाई का बहुत बुरा हाल है। गरीब व्यक्ति जेड़े गंदा पानी पीते हैं वो असी कदे भी चले जी स्लम एरिए सीवरेज और वाटर सप्लाई का पानी मिक्स हो के इंसान वो पीते हैं और जिंदे नाल उन्हां नूं बीमारियां पैदा हो जांदियां। सब तो पहला सानू साफ पानी और सीवरेज दे सफाई की व्यवस्था से मैं जोर पाना है, क्योंकि जिहड़ा गरीब इंसान जिहड़ा बेचारा दवाई वास्ते भी पैसे लै नहीं खर्च सकता, जे उन्हूं असीं चंगा पानी मुहैया करावांगे और मैं कहना 70-75% उनकी बीमारी दूर होएगी। सब तो पहला मैं एजेंडा नशे तो बाद नशा एजेंडा उठाने की कोशिश करूँगा। जलंधर के सेहत सहूलतों का भी कोई बहुत वधिया हाल नहीं है, जे असीं सिविल हस्पताल की गल कर लें, होर सरकारी डिस्पेंसरियां की गल कर लें, ESI की गल कर लें, हालांकि कुछ किहो जिहे एरिए भी होणगे जिहड़े तुहाडे खेत्र तों बाहरले ने, पर क्योंकि जलंधर के तो सारे मसले अपने सारयां दे सांझे ही ने। जो सेहत सहूलतों के विगाड़ है जो सिक्ख्या खेत्र स्कूलों के खास करके जो कॉन्वेंट स्कूल ने उत्थे पंजाबी बोलण के उत्ते कई स्कूलों के बच्चों जुर्माने लाए जाते हैं, जबकि असी पंजाब दे विच रहने हैं, माँ बोली नाल मुहब्बत होनी चाहिए है। की कहना चाहोगे ये सारा कुछ बेनिजमियां करने वाले लोगों के खिलाफ किहो जी कार्रवाई हो? जिहड़ी स्कूलिंग की गल तुसीं कीती है असी भी गोरमेंट स्कूल पढ़े हैं और अज गोरमेंट स्कूल और प्राइवेट स्कूलों के बहुत ज़्यादा फर्क पै चुका है। अज असी फीसां की गल कर लीए और जदों असी अपने बच्चे नूं दाखिल करा जाने किसी प्राइवेट स्कूल 40-40, 50-50 हज़ार रुपया नर्सरी की एडमिशन फीस तो लग जाता है। और जे असी बच्चों बारे या अपने घरदियां दे नाल गल करते हैं वो कहते जी पढ़ाई का बड़ा फर्क है, अज गोरमेंट स्कूल की जिहड़ी पढ़ाई है वो बहुत माड़ी है। सब तो पहला उन्हां दा सानूं सुधार करना पऊगा। असी उस स्कूलों के पहला भी कमेटियां बनाईया, हर एरिए स्कूल का जिहड़ा इंचार्ज बनाया कौंसलर नूं बनाया होया, लेकिन फिर भी पढ़ाई का जिहड़ा विकास अगे नहीं वध्या साडे कोलों। और जे असी स्कूलों के अंदर खास करके सरकारी स्कूलों की पढ़ाई नूं ठीक कर लीए तो मैं कहना वा जिहड़ी एजुकेशन का जिहड़ा बड़ा वड्डा असी आधार है वो असी कायम करांगे, क्योंकि अज की महंगाई के दौर दे विच बच्चों नूं पढ़ाना बड़ा मुश्किल है। और जे असी सस्ती विद्या लोगों नूं चंगी तौर तरीके से देिए गोरमेंट स्कूलों के तो लोग जिहड़े है वो सानूं याद करेंगे और असी उस पासे पूरा जोर लावांगे जी। बेरी साहब असी एक तो तुहाडा धन्नवाद करना चाहते, तुसीं वक्त दिता तो जाते जाते साडे दर्शकों को की सुनेहा देना चाहोगे कि तुसीं योजना उलीकी है जां समुची कांग्रेस पार्टी ने की कुछ सोचा होया दर्शकों के नाल वो विचार जरूर सांझे करो। मैं तो अज जो सोच है मेरी मैं ईमानदारी दे नाल 5 साल लोगों की सेवा करूँगा और जो भी लोगों के मुद्दे है वो चाहे लोकल लैवल ते है कारपोरेशन म्यूनसिपल कारपोरेशन दे विच करन वाले है, चाहे कोई स्टेट गोरमेंट दे है, चाहे कोई सेंटर गोरमेंट दे है, पूरे यतना दे नाल कामयाबी दे तौर ते लै के जावांगे। और मैनू आस है क्योंकि मैं पिछले 25 साल तो एज ए कौंसलर जलंधर दे लोकां दी सेवा कीती है और मैं ये 5 साल ईमानदारी दे नाल जिहड़े भी कोई मुद्दे है चाहे कोई डिवेलपमेंट दा चाहे कोई किसी दा परसनल है उन्हूं ईमानदारी दे नाल निभाने की कोशिश करूँगा। बेरी साहब बहुत बहुत धन्नवाद जी तुहाडा वक्त देने दे लई ते असी तुहाडे होर चंगे राजनीतिक भविख की कामना करते हैं। जिहड़ी सोच तुसी लैके तुरे हो वो जिहड़ी सोच आ उस साकार होवे, लोकां दीआं उम्मीदां नूं भी बूर लगे, इस गल की असी कामना करते हैं। शुक्रिया, मेहरबानी जी, थैंक यू जी। दोस्तों ये सन रजिंदर बेरी जी जिहड़े कि कांग्रेस के विधायक ने जलंधर सेंट्रल हलके तो, इन्होंने अपने विचारां दा प्रगटावा किया, यह की करना लोचते हैं कांग्रेस पार्टी दीआं की तरजीहां होणगीआं, पंजाब दा नैण नक्श सवारन दे लई की योजनाबंदी की गई है। उम्मीद है तुहानूं इन्हां नाल की हुई ये मुलाकात पसंद आई होएगी। हुण आग्या दिओ, तुहाडी बहुत बहुत मेहरबानी।